दीप वॉज अ वेरी क्लोज फ्रेंड टू मी है ना, दीप नाल बहुत गल्लां बातां सी। इवन कि साडा हुण साडी फिल्म सी जोरा पार्ट 1-2 आई सी, साडे उहदे विच दोनों का जिहड़ा कैमिस्ट्री सी ओह बहुत एप्रीशिएट कीती जा रही सी। हुण असीं तीसरा पार्ट शुरू करन लगे सीगे। दीप खुद एक इंस्टीट्यूशन सीगा, दीप नूं तां दीप तां पूरे पंजाब नूं मतलब कि जागरूक करके गया। ते मेरा तां खैर बहुत क्लोज सीगा, मेरे कोल तां बहुत गल्लां नहीं दीप दीआं, जे मैं दसण लग जां तां मैनूं लगदा कि बहुत टाइम निकल जाएगा। ਅਤੇ ਮਤਲਬ ਈਵਨ ਕਿ ਐਡੀ ਗੱਲ ਆ ਕਿ ਅਸੀਂ ਹੁਣ ਦੀਪ ਦੀ ਲਾਈਫ 'ਤੇ ਫਿਲਮ ਵੀ ਪਲੈਨ ਕਰ ਰਹੇ ਹਾਂ, ਠੀਕ ਹੈ। ਉਹ ਸਾਰੀਆਂ ਗੱਲਾਂ ਦੀਪ ਦੀਆਂ ਅਸੀਂ ਉਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿੰਨਾ ਕੁ ਸਾਨੂੰ ਪਤਾ ਹੈ। ਅਤੇ ਦੀਪ ਤਾਂ ਇੱਕ ਇੰਸਟੀਟਿਊਸ਼ਨ ਸੀਗਾ, ਦੀਪ ਨੂੰ ਆਪਾਂ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਸਕਦੇ। ਸਾਡੀ ਪੰਜਾਬੀ ਇੰਡਸਟਰੀ, ਇੱਕ ਤਾਂ ਅਸੀਂ ਪੰਜਾਬ 'ਚ ਪੈਦਾ ਹੋਏ ਹਾਂ, ਸਾਡੀ ਪੰਜਾਬੀ ਇੰਡਸਟਰੀ ਹਾਲੇ ਵੀ ਸਟਰਗਲ ਕਰ ਰਹੀ ਹੈ। ਸਾਡੇ ਕੋਲ ਇੰਨਾ ਟੈਰੀਟਰੀ ਹੈ ਨਹੀਂ ਕਿ ਜਿੱਥੇ ਕਿ ਸਾਡੀਆਂ ਫਿਲਮਾਂ ਬਿਜ਼ਨਸ ਕਰ ਸਕਣ। ਹੁਣ ਅਸੀਂ ਹੌਲੀ ਹੌਲੀ ਸਾਡਾ ਓਵਰਸੀਜ਼ ਸਾਡੇ ਕੋਲ ਟੈਰੀਟਰੀ ਬਣ ਰਹੀ ਹੈ, ਹੁਣ ਕਾਫ਼ੀ ਵੱਡੀ ਚੌੜੀ ਲੰਬੀ ਚੌੜੀ ਟੈਰੀਟਰੀ ਹੋ ਰਹੀ ਹੈ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਆਈਲ ਗੈਟ ਸੈਟਿਸਫਾਈਡ ਕਿ ਹਾਂ ਮੈਂ ਵਧੀਆ ਕੰਮ ਕਰ ਰਿਹਾ, ਕਿਉਂਕਿ ਆਉਣ ਵਾਲੀਆਂ ਫਿਲਮਾਂ ਮੇਰੀਆਂ ਬਹੁਤ ਅੱਛੀਆਂ ਨੇ, ਬਹੁਤ ਕੰਟੈਂਟ ਬੇਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਨੂੰ ਇੱਕ ਅਜਿਹੇ ਕਲਾਕਾਰ ਨਾਲ ਮਿਲਵਾਉਣ ਜਾ ਰਹੀ ਹਾਂ ਜਿਨ੍ਹਾਂ ਦੀ ਪਹਿਚਾਣ ਉਹਨਾਂ ਦੇ ਕਿਰਦਾਰ ਬਣ ਚੁੱਕੀ ਹੈ, ਲੇਕਿਨ ਅਸਲ ਜ਼ਿੰਦਗੀ ਅਤੇ ਫਿਲਮੀ ਜ਼ਿੰਦਗੀ ਦੇ ਵਿੱਚ ਕਿੰਨੀ ਕੁ ਆਈ ਮੀਨ ਚੇਂਜ ਹੁੰਦਾ ਹੈ ਔਰ ਕਿੰਨਾ ਕੁ ਡਿਫਰੈਂਸ ਹੁੰਦਾ ਹੈ, ਅੱਜ ਅਸੀਂ ਜ਼ਰੂਰ ਜਾਣਾਂਗੇ। ਸੋ ਸਾਡੇ ਨਾਲ ਨੇ ਬਹੁਤ ਵਰਸੇਟਾਈਲ ਐਂਡ ਬਹੁਤ ਹੀ ਕਮਾਲ ਦੇ ਕਲਾਕਾਰ ਯਾਦਗਾਰ ਵਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮੱਚ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਵੈਲ ਪੁਣੇ ਦਾ ਅੰਤ ਬੜਾ ਮਾੜਾ ਹੁੰਦਾ, ਪਰ ਇੱਥੇ ਸ਼ਰੀਫ ਰਹਿ ਕੇ ਵੀ ਕਿੱਥੇ ਗੁਜ਼ਾਰਾ ਹੁੰਦਾ। ਮੈਂ ਚਾਹਾਂਗੀ ਕਿ ਤੁਸੀਂ ਇਸ ਚੀਜ਼ ਨੂੰ ਪਹਿਲੇ ਖੁਦ ਦੀ ਜ਼ਿੰਦਗੀ ਨਾਲ ਡਿਫਾਈਨ ਕਰੋ, ਕਿਉਂਕਿ ਆਈ ਐਮ ਸ਼ੋਰ ਕਿ ਇੱਕ ਮੇਲ ਦਾ ਇੱਕ ਫੀਮੇਲ ਦੇ ਕੰਪੈਰੇਟਿਵਲੀ ਜ਼ਿਆਦਾ ਐਕਸਪੀਰੀਅੰਸ ਹੁੰਦਾ। ਜੀ ਹਾਂ ਬਿਲਕੁਲ, ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਦੇਰ ਇਜ਼ ਅ ਡਿਫਰੈਂਸ ਬਿਟਵੀਨ ਅ ਰੀਅਲ ਲਾਈਫ ਐਂਡ ਅ ਫਿਕਸ਼ਨ, ਦੈਟਸ ਅ ਫਿਕਸ਼ਨ, ਠੀਕ ਹੈ। ਫਿਕਸ਼ਨ ਦੇ ਵਿੱਚ ਆਪਾਂ ਕਈ ਰੀ ਡਰਾਮਾਟਾਈਜ਼ ਕਰਦੇ ਹਾਂ ਚੀਜ਼ਾਂ ਨੂੰ, ਸੋ ਇਟਸ ਅ ਡਰਾਮਾ, ਇਟਸ ਅ ਐਂਟਰਟੇਨਮੈਂਟ, ਬਟ ਸਟਿਲ ਵੀ ਆਰ ਟਰਾਇੰਗ ਟੂ ਐਜੂਕੇਟ ਪੀਪਲ, ਹੈ ਨਾ। ਕਿਉਂਕਿ ਅੱਜ ਕੱਲ੍ਹ ਕੀ ਹੋ ਰੱਖਿਆ ਕਿ ਸਾਡੀ ਜਿਹੜੀ ਕਾਲਜ ਗੋਇੰਗ ਸਟੂਡੈਂਟਸ ਨੇ ਉਹਨਾਂ 'ਤੇ ਬਹੁਤ ਜ਼ਿਆਦਾ ਪ੍ਰਭਾਵ ਪੈ ਚੁੱਕਿਆ ਗਨ ਕਲਚਰ ਦਾ, ਗੈਂਗਸਟਰ ਜੋ ਵੀ ਕਲਚਰ ਚੱਲ ਰਿਹਾ ਉਹਦਾ, ਹੈ ਨਾ। ਅਤੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਇਹਦੇ ਵਿੱਚ ਵੀ, ਜਿਵੇਂ ਤੁਸੀਂ ਆਹ ਦੇਖਿਆ ਗੋਲੀ, ਹੈ ਨਾ, ਵੀ ਕਈ ਵਾਰੀ ਆਪਾਂ ਇਹੋ ਜਿਹਾ ਡਿਸੀਜ਼ਨ ਲੈ ਲੈਂਦੇ ਹਾਂ, ਸਮਟਾਈਮਸ ਵੀ ਮੇਕ ਅ ਰੋਂਗ ਡਿਸੀਜ਼ਨ, ਐਂਡ ਉਹ ਤੁਹਾਨੂੰ ਕਿਤੇ ਨਾ ਕਿਤੇ ਇਹੋ ਜਿਹੀ ਥਾਂ 'ਤੇ ਲੈ ਜਾਂਦਾ, ਇਹੋ ਜਿਹੇ ਮੋੜ 'ਤੇ ਲੈ ਕੇ ਖੜਾ ਕਰ ਦਿੰਦਾ ਕਿ ਜਿੱਥੇ ਮਤਲਬ ਤੁਸੀਂ ਪਛਤਾਉਣ ਤੋਂ ਇਲਾਵਾ ਤੁਹਾਡੇ ਕੋਲ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ। ਸੋ ਅਸੀਂ ਇਹੀ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜੇ ਗਨ ਕਲਚਰ ਚੱਲ ਰਿਹਾ ਜਾਂ ਗੈਂਗਸਟਰ ਜੋ ਵੀ ਚੱਲ ਰਿਹਾ, ਇਹ 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 ਇਟਸ ਐਂਟਰਟੇਨਮੈਂਟ, ਤੁਸੀਂ ਗਾਣੇ ਸੁਣੋ, ਐਂਟਰਟੇਨ ਹੋਵੋ ਅਤੇ ਭੁੱਲ ਜਾਓ। ਅਤੇ ਕਾਲਜ ਜਾਂਦੇ ਹੋ ਤਾਂ ਤੁਸੀਂ ਗੁੰਡੇ ਬਣ ਨਹੀਂ ਜਾਂਦੇ, ਠੀਕ ਹੈ। ਉੱਥੇ ਤੁਸੀਂ ਪੜ੍ਹਾਈ ਕਰਨ ਜਾਂਦੇ ਹੋ, ਪੜ੍ਹਾਈ ਕਰੋ, ਅਤੇ IAS ਕਰੋ, PCS ਕਰੋ, ਇੰਜੀਨੀਅਰਿੰਗ ਕਰੋ, ਡਾਕਟਰ ਬਣੋ, ਹੋਰ ਬਹੁਤ ਮਤਲਬ ਇੱਦਾਂ ਦੇ ਹੈ ਨਾ, ਆਪਣੇ ਕੈਰੀਅਰ ਬਣਾਓ। ਕਹਿੰਦਾ ਮਤਲਬ ਇਹ ਹੈ ਵੈਲਪਣਾ ਕਰਨਾ ਕੋਈ ਕੈਰੀਅਰ ਨਹੀਂ ਹੈਗਾ, ਪਰ ਸਾਡੀ ਇਹ ਤਰਾਸਦੀ ਬਣ ਚੁੱਕੀ ਹੈ ਸਾਡੇ ਯੂਥ ਦੀ ਕਿ ਗਾਣਿਆਂ ਤੋਂ ਇੰਨੇ ਪ੍ਰਭਾਵਿਤ ਹੋ ਗਏ ਨੇ, ਫਿਲਮਾਂ ਤੋਂ ਇੰਨੇ ਪ੍ਰਭਾਵਿਤ ਹੋ ਗਏ ਨੇ ਕਿ ਉਹ ਗੁੰਡਾ ਬਣਨਾ ਇੱਕ ਕੈਰੀਅਰ ਸਮਝਦੇ ਨੇ, ਇਸਨੂੰ ਇਸਨੂੰ ਕੈਰੀਅਰ ਚੁਣਦੇ ਨੇ, ਐਂਡ ਇਟਸ ਰੀਲੀ ਵੈਰੀ ਬੈਡ। ਜੋ ਗੱਲ ਤੁਸੀਂ ਕਹਿ ਰਹੇ ਹੋ ਨਾ ਯਾਦ ਜੀ, ਇਹੀ ਗੱਲ ਜਿਹੜੇ ਹੈਗੇ ਨੇ ਉਹ ਉਹ ਆਡੀਅੰਸ ਜਾਂ ਉਹਨਾਂ ਬੱਚਿਆਂ ਦੇ ਮਾਂ ਬਾਪ ਵੀ ਕਹਿੰਦੇ ਨੇ ਔਰ ਕਹਿੰਦੇ ਕੀ ਨੇ, ਉਹ ਕਲਾਕਾਰਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦੇ ਨੇ ਕਿ ਇਹੋ ਜਿਹੀਆਂ ਚੀਜ਼ਾਂ ਲੈ ਕੇ ਆਉਂਦੇ ਨੇ ਤਾਂ ਸਾਡੇ ਬੱਚੇ ਜਿਹੜੇ ਨੇ ਇਨਫਲੂਐਂਸ ਹੁੰਦੇ ਨੇ। ਪਰ ਆਈ ਐਮ ਸ਼ੋਰ ਕਿ ਇਹ ਚੀਜ਼ਾਂ ਸ਼ੁਰੂ ਤੋਂ ਚੱਲਦੀਆਂ ਆ ਰਹੀਆਂ ਨੇ ਔਰ ਜਿਸ ਨੂੰ ਤੁਸੀਂ ਵਿਦ ਮੈਸੇਜ ਜਾਂ ਇੱਕ ਪੋਜ਼ਿਟਿਵਿਟੀ ਦੇ ਨਾਲ ਆਪਣੀ ਪ੍ਰੋਜੈਕਟ ਦੇ ਵਿੱਚ ਸਿਨੇਮਾ ਦੇ ਥਰੂ ਲੈ ਕੇ ਆਉਂਦੇ ਹੋ। ਸੋ ਤੁਹਾਡੇ ਕਾਲਜ ਦੀ ਜੇਕਰ ਗੱਲ ਕਰੀਏ, ਹੈ ਨਾ, ਕਿਸ ਤਰੀਕੇ ਦਾ ਸਮਾਂ ਉਸ ਟਾਈਮ 'ਤੇ ਸੀਗਾ ਅਤੇ ਜੇਕਰ ਆਹ ਕਲਚਰ ਵੀ ਸੀਗਾ ਅਤੇ ਉਦੋਂ ਪੇਰੈਂਟਸ ਦਾ ਜਿਹੜਾ ਮਨ ਹੈ ਉਹ ਕੀ ਸੀਗਾ ਔਰ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਹੰਢਾਇਆ ਹੋਇਆ? ਨਹੀਂ ਨਹੀਂ ਬਿਲਕੁਲ ਬਿਲਕੁਲ, ਇਟਸ ਪਤਾ ਕੀ ਹੁੰਦਾ ਗਿਆ, ਇਟਸ ਅਡੋਲਸੈਂਸ ਏਜ, ਠੀਕ ਹੈ। ਉਦੋਂ ਤੁਸੀਂ ਮਤਲਬ ਕਿ ਬਹੁਤ ਕਈ ਵਾਰੀ ਇੱਦਾਂ ਦੇ ਡਿਸੀਜ਼ਨ ਲੈ ਲੈਂਦੇ, ਬਟ ਉਹ ਜਿਹੜਾ ਟਾਈਮ ਸੀਗਾ ਨਾ ਉਦੋਂ ਪੇਰੈਂਟਸ ਦੀ ਗੱਲ ਜਿਹੜੀ ਆ ਕਿ ਬਹੁਤ ਸੁਣੀ ਜਾਂਦੀ ਸੀ। ਹੁਣ ਤੁਸੀਂ ਮੇਰੀ ਐਗਜ਼ਾਮਪਲ ਅਗਰ ਲਓ ਤਾਂ ਮੈਂ ਹਮੇਸ਼ਾ ਐਕਟਰ ਬਣਨਾ ਚਾਹੁੰਦਾ ਸੀ, ਬਟ ਮਾਈ ਫਾਦਰ ਹੀ ਆਲਵੇਜ਼ ਵਾਂਟਡ ਮੀ ਟੂ ਬੀ ਅ ਡਾਕਟਰ, ਸੋ ਉਹਨਾਂ ਕਰਕੇ ਮੈਨੂੰ BDS ਕਰਨੀ ਪਈ, ਠੀਕ ਹੈ। ਸੋ ਐਮ ਏ BDS, ਸੋ ਮੈਨੂੰ ਉਹਨਾਂ ਕਰਕੇ BDS ਕਰਨੀ ਪਈ, ਕਿਉਂ ਕਿਤੇ ਨਾ ਕਿਤੇ ਸਾਨੂੰ ਭਾਵੇਂ ਮੇਰੇ 'ਤੇ ਥੋਪੀ ਗਈ ਉਹ ਚੀਜ਼, ਬਟ ਮਾਈ ਫਾਦਰ ਉਹਨਾਂ ਨੇ ਹਮੇਸ਼ਾ ਮੈਨੂੰ ਕਿਹਾ ਕਿ ਤੂੰ ਇੱਕ ਪ੍ਰੋਫੈਸ਼ਨਲ ਡਿਗਰੀ ਕਰ ਲਾ, ਉਹਦੇ ਨਾਲ ਤੂੰ ਐਕਸਪਲੋਰ ਹੋਏਗਾ, ਐਕਸਪੋਜ਼ਰ ਮਿਲੂਗਾ ਤੈਨੂੰ, ਤੂੰ ਜਿਹੜੇ ਵੀ ਫੀਲਡ ਜਾਣਾ ਚਾਹੁੰਦਾ ਉਹ ਤੈਨੂੰ ਹੈਲਪਫੁਲ ਹੋਊਗਾ। ਜੇ ਤੂੰ ਫੀਲਡ ਦੇ ਵਿੱਚ ਨਹੀਂ ਵੀ ਸਕਸੈਸਫੁਲ ਹੁੰਦਾ ਤਾਂ ਤੇਰੇ ਕੋਲ ਇੱਕ ਪ੍ਰੋਫੈਸ਼ਨਲ ਡਿਗਰੀ ਹੋਊਗੀ, ਯੂ ਕੈਨ ਮਤਲਬ ਤੂੰ ਆਪਦੀ ਬ੍ਰੈਡ ਬਟਰ ਅਰਨ ਕਰ ਸਕਦਾ, ਉਹਦੇ ਨਾਲ ਤੂੰ ਸੋਸ਼ਲ ਸਟੇਟਸ ਜਿਹੜਾ ਆਪਣਾ ਮੇਨਟੇਨ ਕਰ ਸਕਦਾ ਈਜ਼ੀਲੀ ਅਗਰ ਤੇਰੇ ਕੋਲ ਇੱਕ ਪ੍ਰੋਫੈਸ਼ਨਲ ਡਿਗਰੀ ਹੋਊਗੀ। ਐਂਡ ਉਹਨਾਂ ਦੀ ਗੱਲ ਬਿਲਕੁਲ ਠੀਕ ਵੀ ਸੀਗੀ, ਔਰ ਮੈਂ ਜਦੋਂ BDS ਕਰਨ ਗਿਆ ਤਾਂ ਮੈਨੂੰ ਬਹੁਤ ਐਕਸਪੋਜ਼ਰ ਮਿਲਿਆ। ਅੱਜ ਮੈਂ ਐਕਟਿੰਗ ਕਰ ਰਿਹਾ ਪਰ ਮੈਨੂੰ ਮੇਰੀ ਡਿਗਰੀ ਹੈ ਜਿਹੜੀ BDS ਜਿੱਥੋਂ ਮੈਂ ਕੀਤੀ ਹੈ, ਜਿਹੜੇ ਕਾਲਜ ਦੇ ਵਿੱਚ ਪੂਨਾ ਯੂਨੀਵਰਸਿਟੀ ਤੋਂ ਮੈਂ ਕੀਤੀ ਹੈ, ਉੱਥੇ ਮਤਲਬ ਜਿਹਨਾਂ ਲੋਕਾਂ ਦੇ ਨਾਲ ਮੈਂ ਰਿਹਾ
ਆ ਪੜ੍ਹਿਆ ਨਾ ਉਹ ਬੜੇ ਸਮਝਦਾਰ ਲੋਕ ਹੁੰਦੇ ਨੇ ਪ੍ਰੋਫੈਸ਼ਨਲ ਕਾਲਜ ਦੇ ਵਿੱਚ ਤਾਂ ਮੈਂ ਬਹੁਤ ਐਕਸਪੋਜ਼ ਹੋਇਆ ਅੱਜ ਮੈਨੂੰ ਉਹ ਐਕਸਪੋਜ਼ਰ ਬਹੁਤ ਕਮ ਹੁੰਦਾ ਮੇਰੀ ਐਕਟਿੰਗ ਦੇ ਵਿੱਚ ਸੋ ਇਹ ਡਿਪੈਂਡਸ ਬਟ ਇਟਸ ਵੈਰੀ ਇੰਟਰਸਟਿੰਗ ਮੈਂ ਜ਼ਰੂਰ ਜਾਣਨਾ ਚਾਹਾਂਗੀ ਕਿਉਂਕਿ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਦੇਖੇ ਤੁਸੀਂ ਕੁਝ ਪ੍ਰੋਜੈਕਟਸ ਕੀਤੇ ਬਹੁਤ ਅੱਛੇ ਫੈਂਟਮ ਵਨ ਆਫ ਮਾਈ ਫੇਵਰੇਟ ਐਂਡ ਵਾਂਸ ਅਪਨ ਅ ਟਾਈਮ ਇਨ ਮੁੰਬਈ ਅਗੈਨ ਹੈ ਨਾ ਸੋ ਜਿੱਦਾਂ ਤੁਸੀਂ ਕਾਲਜ ਦੀ ਗੱਲ ਕੀਤੀ ਉਸੇ ਤਰ੍ਹਾਂ ਤੁਸੀਂ ਮੈਚੋਰ ਐਕਟਰਸ ਦੇ ਨਾਲ ਵੀ ਕੰਮ ਕੀਤਾ ਤੁਸੀਂ ਖੁਦ ਵੀ ਇੱਕ ਮੈਚੋਰ ਐਕਟਰ ਹੋ ਇੱਕ BDS ਕਰਦਾ ਹੋਇਆ ਇਨਸਾਨ ਜਦੋਂ ਇੱਕ ਨੈਗੇਟਿਵ ਛਵੀ ਦੇ ਵਿੱਚ ਵੱਡੇ ਪਰਦੇ ਤੇ ਨਜ਼ਰ ਆਇਆ ਫਾਦਰ ਸਾਹਿਬ ਦਾ ਰਿਐਕਸ਼ਨ ਉਸ ਵੇਲੇ ਕੀ ਸੀਗਾ ਨਹੀਂ 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 ਮਾਈ ਫਾਦਰ ਵਾਸ ਅ ਵੈਰੀ ਐਜੂਕੇਟਡ ਪਰਸਨ ਹੀ ਨਿਊ ਇਟ ਕਿ ਇਟਸ ਅ ਪ੍ਰੋਫੈਸ਼ਨ ਠੀਕ ਹੈ ਤੇ ਉਹ ਸਮਝਦੇ ਸੀ ਇਸ ਗੱਲ ਨੂੰ ਕਿ ਕਿੰਨਾ ਵਧੀਆ ਕੰਮ ਕਰ ਰਿਹਾ ਕਿੰਨੇ ਕਿੰਨੀ ਤੋਂ ਉਹਦੇ ਵਿੱਚ ਖੁੱਬ ਕੇ ਕੰਮ ਕਰ ਰਿਹਾ ਤੇਰਾ ਕਿੰਨਾ ਉਹਦੇ ਵਿੱਚ ਲਗਨ ਕਿੰਨੀ ਹੈ ਕੋਈ ਇਤਰਾਜ਼ ਨਹੀਂ ਵੀ ਯਾਦ ਨਹੀਂ 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 ਨੈਵਰ 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 ਐਂਡ ਤੇ ਬਾਕੀ ਜਨਿਆ ਦਾ ਕੀ ਰਿਐਕਸ਼ਨ ਮਤਲਬ ਸਿਨੇਮਾ ਨੂੰ ਕਿੰਨਾ ਕੁ ਜ਼ਿਆਦਾ ਉਹ ਪ੍ਰੈਫਰੈਂਸ ਦਿੰਦੇ ਸੀਗੇ ਨਹੀਂ 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 ਉਹ ਸਿਨੇਮਾ ਨੂੰ ਪ੍ਰੈਫਰੈਂਸ ਨਹੀਂ ਸੀ ਦਿੰਦੇ ਬਟ ਕਿਤੇ ਨਾ ਕਿਤੇ ਮੇਰਾ ਇੰਟਰਸਟ ਨੂੰ ਦੇਖਦੇ ਹੋਏ ਮੇਰੇ ਸ਼ੌਕ ਨੂੰ ਦੇਖਦੇ ਹੋਏ ਤਾਂ ਉਹ ਇਸ ਗੱਲ ਨੂੰ ਸਮਝਦੇ ਸੀਗੇ ਕਿ ਅਗਰ ਅਸੀਂ ਇਹਦੇ ਤੇ ਕੋਈ ਚੀਜ਼ ਨੂੰ ਪ੍ਰੈਸ਼ਰ ਪਾਵਾਂਗੇ ਤਾਂ ਉਸ ਦਾ ਲਾਈਫ ਦੇ ਵਿੱਚ ਡਿਪਰੈਸ਼ਨ ਚੱਲ ਜੇ ਜਾਂ ਕਾਮਯਾਬ ਨਾ ਹੋ ਪਵੇ ਤਾਂ ਇਸ ਕਰਕੇ ਉਹਨਾਂ ਨੇ ਮੈਨੂੰ ਇੱਕ ਸੇਫ ਐਜੂਕੇਸ਼ਨ ਐਜੂਕੇਟ ਕਰਕੇ ਇੱਕ ਸੇਫ ਐਜੂਕੇਸ਼ਨ ਦੇਣ ਤੋਂ ਬਾਅਦ ਉਹਨਾਂ ਨੇ ਮੈਨੂੰ ਫ੍ਰੀ ਛੱਡਤਾ ਵੀ ਹੁਣ ਤੂੰ ਕਰ ਸਕਦਾ ਟਰਾਈ ਕਰ ਲਾ 2-4 ਸਾਲ ਜੇ ਤੈਨੂੰ ਲੱਗਦਾ ਕਿ ਤੂੰ ਇੱਧਰ ਆਪਣਾ ਸੋਸ਼ਲ ਸਟੇਟਸ ਮੇਨਟੇਨ ਕਰ ਸਕਦਾ ਤਾਂ ਗੋ ਅਹੈਡ ਅਗਰ ਤੈਨੂੰ ਲੱਗਦਾ ਥੋੜ੍ਹਾ ਡਾਊਟਫੁਲ ਉਹਨਾਂ ਤਾਂ ਕਮ ਬੈਕ ਅੱਛਾ ਤੁਸੀਂ ਉਹਨਾਂ ਨੂੰ ਕਲੀਅਰ ਕੱਟ ਦੱਸਿਆ ਪਹਿਲਾ ਪ੍ਰੋਜੈਕਟ ਕਿਹੜਾ ਸੀ ਮਤਲਬ ਜਿਹਦੇ ਵਿੱਚ ਨੈਗੇਟਿਵ ਕਿਰਦਾਰ ਸੀ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਕੋਈ ਹੈਜ਼ਿਟੇਸ਼ਨ ਸੀ ਡੈਡ ਨੂੰ ਕਿਵੇਂ ਦੱਸਾਂ ਜਾਂ ਦੱਸਣ ਤੋਂ ਬਾਅਦ ਕਿਤੇ ਸੀਗਾ ਕਿ ਜਦੋਂ ਮੈਨੂੰ ਸਕਰੀਨ ਤੇ ਵੇਖਣਗੇ ਤੇ ਆਮਨ ਉਹਨਾਂ ਦੇ ਰਿਐਕਸ਼ਨ ਕੀ ਹੋਏਗਾ ਨਹੀਂ ਨਹੀਂ ਆਮ ਵੈਰੀ ਅਨਲੱਕੀ ਉਸ ਮਾਮਲੇ 'ਚ ਕਿਉਂਕਿ ਜਦੋਂ ਨੇ ਮੇਰੀ ਪਹਿਲੀ ਫਿਲਮ ਰਿਲੀਜ਼ ਹੋਈ ਸੀ ਉਦੋਂ ਮਾਈ ਡੈਡ ਗਾਟ ਐਕਸਪਾਇਰਡ ਬਿਫੋਰ ਦੈਟ ਉਹ ਪਹਿਲਾਂ ਹੀ ਚੱਲ ਗਏ ਸੀਗੇ ਬਟ ਮੈਂ ਜਦੋਂ ਮਾਡਲਿੰਗ ਸ਼ੁਰੂ ਕਰਤੀ ਸੀਗੀ ਤਾਂ ਉਹਨਾਂ ਨੂੰ ਕਿਤੇ ਕਿਤੇ ਲੱਗ ਰਿਹਾ ਸੀਗਾ ਕਿ ਹਾਂ ਕੁਝ ਕਰੂਗਾ ਯੂ ਵਿਲ ਡੂ ਇਟ ਉਹਨਾਂ ਨੇ ਮੇਰੀ ਲਗਨ ਆ ਜਿਹੜੀ ਜਿਹੜਾ ਮੇਰਾ ਹਾਰਡ ਵਰਕ ਸੀਗਾ ਹੈ ਨਾ ਜਿਮ ਕਰਨਾ ਅਤੇ ਹੋਰ ਸਾਰੀਆਂ ਚੀਜ਼ਾਂ ਸਿੱਖਣੀਆਂ ਉਸ ਚੀਜ਼ਾਂ ਨੂੰ ਲੱਗਦਾ ਸੀਗਾ ਚਲੋ ਇਹਦੀ ਲਗਨ ਬਹੁਤ ਜ਼ਿਆਦਾ ਅਤੇ ਈਵਨ ਕਿ ਜਦੋਂ ਬੈੱਡ 'ਤੇ ਸੀਗੇ ਲਾਸਟ ਟਾਈਮ ਦੇ ਵਿੱਚ ਤਾਂ ਉਹਨਾਂ ਨੇ ਮੈਨੂੰ ਖੁਦ ਹੀ ਕਿਹਾ ਸੀ ਕਹਿੰਦੇ ਚੱਲ ਠੀਕ ਹੈ ਹੁਣ ਆਪਾਂ ਬੰਬੇ ਚੱਲਾਂਗੇ ਆਇਲ ਕਮ ਵਿਦ ਯੂ ਅਤੇ ਮੈਂ ਦੇਖੂੰਗਾ ਤੇਰਾ ਕੰਮ ਅਤੇ ਮੈਂ ਜਾ ਕੇ ਤੈਨੂੰ ਕਰੂੰਗਾ ਬਟ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਸੀ ਉਹਨਾਂ ਨੇ ਕਦੇ ਬੈੱਡ ਛੱਡਿਆ ਹੀ ਨਹੀਂ ਅਤੇ ਹੀ ਲੈਫਟ ਇਸ ਵਰਲਡ ਅਤੇ ਉਦੋਂ ਬਾਅਦ ਮੇਰੀ ਫਿਲਮ ਮਿੱਟੀ ਰਿਲੀਜ਼ ਹੋਈ ਹੈ ਐਂਡ ਇਟ ਵਰਕਡ ਔਰ ਲੋਕਾਂ ਨੇ ਮੈਨੂੰ ਬਹੁਤ ਪਸੰਦ ਕੀਤਾ ਮੇਰਾ ਕੈਰੈਕਟਰ ਬਹੁਤ ਪਸੰਦ ਕੀਤਾ ਐਂਡ ਆਈ ਨੈਵਰ ਲੁੱਕ ਬੈਕ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਸਾਡੇ ਲੋਕਾਂ ਦੀ ਨਾ ਇੱਕ ਮੈਂਟੈਲਿਟੀ ਹੁੰਦੀ ਹੈ ਇੱਕ ਵਾਰ ਜਿਹੜੀ ਛਵੀ ਬਸ ਜਾਂਦੀ ਹੈ ਉਹ ਬਸ ਜਾਂਦੀ ਹੈ ਸੋ ਮੇਰੇ 2 ਸਵਾਲ ਨੇ ਲੇਕਿਨ ਪਹਿਲਾ ਸਵਾਲ ਜਿਹੜਾ ਮੈਂ ਪੁੱਛਣਾ ਚਾਹਾਂਗੀ ਉਹ ਇਹ ਕਿ ਹਰ ਬੰਦੇ ਦਾ ਨਾ ਇੱਕ ਔਰਾ ਹੁੰਦਾ ਹੈ ਸੋ ਕਾਲਜ ਟਾਈਮ ਦੇ ਵਿੱਚ ਤੁਹਾਡਾ ਔਰਾ ਕੀ ਸੀ ਕਿਉਂਕਿ ਤੁਹਾਨੂੰ ਦੇਖ ਕੇ ਕਈਆਂ ਨੂੰ ਲੱਗਦਾ ਐਂਗਰੀ ਯੰਗ ਮੈਨ ਹੈ ਕਈਆਂ ਨੂੰ ਲੱਗਦਾ ਹੈ ਪਰਸਨੈਲਿਟੀ ਹੀ ਨੈਗੇਟਿਵ ਹੈ ਕਈਆਂ ਨੂੰ ਲੱਗਦਾ ਹੈ ਕਿ ਸ਼ਾਂਤ ਸੁਭਾਅ ਦਾ ਬੰਦਾ ਹੈ ਕਈਆਂ ਨੂੰ ਲੱਗਦਾ ਹੈ ਇੰਟੈਲੀਜੈਂਟ ਹੈ ਆਪਣੇ ਕੰਮ ਨਾਲ ਮਤਲਬ ਰੱਖਦਾ ਹੈ ਬਟ ਐਕਚੁਅਲ ਦੇ ਵਿੱਚ ਤੁਹਾਡਾ ਔਰਾ ਕੀ ਸੀਗਾ ਕੁੜੀਆਂ ਕੀ ਸੋਚਦੀਆਂ ਸੀ ਕਾਲਜ ਟਾਈਮ ਦੇ ਵਿੱਚ ਬੁਲਾਉਣ ਤੋਂ ਕਿੰਨਾ ਕੁ ਕਤਰਾਉਂਦੀਆਂ ਸੀ ਜਾਂ ਮੁੰਡੇ ਵੀ ਨਹੀਂ ਨਹੀਂ ਐਕਚੁਅਲੀ ਮੈਂ ਮੇਰੇ ਤਾਂ ਬਹੁਤ ਵਧੀਆ ਬਹੁਤ ਵੱਡਾ ਸਰਕਲ ਸੀਗਾ ਅਤੇ ਮੇਰੇ ਕਲਾਸਮੇਟਸ ਮੇਰੀਆਂ ਫਰੈਂਡਸ ਸਾਰੀਆਂ ਬਹੁਤ ਮਤਲਬ ਦੇ ਨੋ ਦੇ ਨਿਊ ਮੀ ਕਿ ਐਮ ਏ ਵੈਰੀ ਸੋਫਟ ਹਾਰਟਡ ਪਰਸਨ ਬਹੁਤ ਸੋਫਟ ਹਾਰਟ ਦਾ ਬੰਦਾ ਸੀ ਮੈਂ ਅਤੇ ਬਹੁਤ ਜੋਲੀ ਸੀ ਬਹੁਤ ਹਮੇਸ਼ਾ ਹੱਸਦੇ ਖੇਡਦੇ ਰਹਿਣਾ ਸੀ ਮੈਨੂੰ ਕਦੇ ਇੱਦਾਂ ਦੀ ਕੋਈ ਗੱਲ ਹੋਈ ਨਹੀਂ ਹੈ ਬਟ ਹਾਂ ਐਕਟਿੰਗ ਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਅਤੇ ਉਹ ਮੈਨੂੰ ਹਮੇਸ਼ਾ ਮਤਲਬ ਕਿ ਦੇ ਆਲਵੇਜ਼ ਯੂਜ਼ ਟੂ ਕੀਪ ਪੁਲਿੰਗ ਮਾਈ ਲੈਗਸ ਕਿ ਚਲਾ ਮਰਾਰੀ ਹੀਰੋ ਬਣਨੇ ਬਲਾ ਬਲਾ ਆਲ ਦੀਸ ਥਿੰਗਸ ਹੈ ਨਾ ਅਤੇ ਮਤਲਬ ਆਈ ਹੈਡ ਅ ਵੈਰੀ ਗ੍ਰੇਸਫੁਲ ਕਾਲਜ ਲਾਈਫ ਅੱਛਾ ਤੁਸੀਂ ਕਦੀ ਇਹ ਤਾਂ ਚਲੋ ਗੋਲੀ ਹੋ ਗਈ ਜਿਹੜੀ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਵੈਸੇ ਜੇ ਗੋਲੀ ਦੀ ਗੱਲ ਕਰੀਏ ਆਪਾਂ ਕਹਿੰਦੇ ਵੀ ਇਸ ਬੰਦੇ ਨੂੰ ਮਿੱਠੀ ਗੋਲੀਆਂ ਪਾਉਣ ਦੀ ਬੜੀ ਆਦਤ ਹੈ ਯਾਨੀ ਕਿ ਝੂਠ ਬੋਲਣਾ ਜਾਂ ਬਲੱਫ ਹੈ ਨਾ ਇੱਦਾਂ ਮਜ਼ਾਕ ਦੇ ਵਿੱਚ ਕਦੇ ਬਲੱਫ ਕਰਕੇ ਕਿਉਂਕਿ ਤੁਸੀਂ ਪੈਸ਼ਨ ਰੱਖਦੇ ਹੋ ਐਕਟਿੰਗ ਦੇ ਲਈ ਕਿਸੇ ਹੀਰੋ ਲਈ ਕਿਸੇ ਐਕਟਰ ਲਈ ਇੰਨਾ ਕ੍ਰੇਜ਼ੀ ਹੋਏ ਹੋ ਕਿ ਗੋਲੀ ਦੇ ਕੇ ਟੀਚਰ ਨੂੰ ਜਾਂ ਘਰਦਿਆਂ ਨੂੰ ਤੁਸੀਂ ਫਿਲਮ ਵੇਖਣ ਗਏ ਹੋ ਹਾਂ 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 ਬਹੁਤ 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 ਮੈਂ ਬਹੁਤ ਗੋਲੀਆਂ ਦਿੰਦਾ ਰਿਹਾ ਮੈਂ ਬੜੀਆਂ ਫਿਲਮਾਂ ਦੇਖੀਆਂ ਗੋਲੀ ਦੇ ਦੇ ਕੇ ਭੱਜ ਹਾਂ ਹਾਂ ਬਿਲਕੁਲ ਬਹੁਤ ਇਹ ਤਾਂ ਕ੍ਰੇਜ਼ ਹੀ ਬਹੁਤ ਸੀ ਨਾ ਸਿਨੇਮਾ ਦਾ ਉਦੋਂ ਕਿਉਂਕਿ ਉਦੋਂ ਇੰਨਾ ਪਲੈਟਫਾਰਮ ਨਹੀਂ ਸੀਗਾ ਆਪਣੇ ਕੋਲ ਨੈੱਟ ਨਹੀਂ ਹੁੰਦਾ ਸੀਗਾ ਸਾਡੇ ਕੋਲ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਸਿਰਫ ਸਿਲਵਰ ਸਕਰੀਨ ਹੁੰਦੀ ਸੀਗੀ ਅਤੇ ਫਿਲਮਾਂ ਦੇਖਣੀ ਤਾਂ ਤੁਸੀਂ ਉੱਥੇ ਜਾਣਾ ਸੀ ਸਿਨੇਮੇ 'ਚ ਜਾਣਾ ਸੀਗਾ ਈਵਨ ਕਿ ਉਹ ਸਾਡੇ ਟਾਈਮ 'ਤੇ ਤਾਂ ਜਦੋਂ ਅਸੀਂ ਮਤਲਬ ਕਿ ਗਰੋ ਕਰ ਰਹੇ ਸੀਗੇ ਅਤੇ ਉਦੋਂ ਤਾਂ ਬਲੈਕ ਐਂਡ ਵਾਈਟ ਟਾਈਮ ਸੀਗਾ ਠੀਕ ਆ ਅਤੇ ਉਦੋਂ ਤਾਂ ਬਹੁਤ ਹੀ ਜ਼ਿਆਦਾ ਕਰੇਜ਼ ਹੁੰਦਾ ਸੀਗਾ ਸੈਟਡੇ ਸੰਡੇ ਨੂੰ ਮੂਵੀ ਆਉਣੀ ਤਾਂ ਪਹਿਲਾਂ ਹੀ ਹਫ਼ਤਾ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਹੈ ਨਾ ਵੀ ਫਿਲਮ ਦੇਖਾਂਗੇ ਜੇ ਉਹ ਤਾਂ ਬਹੁਤ ਗੋਲੀਆਂ ਦੇ ਦੇ ਕੇ ਸਕੂਲ 'ਚੋਂ ਜਾ ਕੇ ਝੂਠ ਬੋਲਣਾ ਅੱਜ ਫਲਾਨੇ ਫਰੈਂਡ ਦਾ ਬਰਥਡੇ ਆ ਉਹ ਪਾਰਟੀ ਦੇ ਰਿਹਾ ਸਾਨੂੰ ਮੂਵੀ ਦਿਖਾ ਰਹੇ ਜਾ ਰਹੇ ਹਾਲੇ ਕਿਸੇ ਦਾ ਬਰਥਡੇ ਹੁੰਦਾ ਹੀ ਨਹੀਂ ਸੀਗਾ ਬਹੁਤ ਕੁਛ ਹੁੰਦਾ ਹੁੰਦਾ ਸੀ ਇੱਦਾਂ ਦਾ ਰਾਈਟ ਸੋ ਕਿਸ ਕਲਾਕਾਰ ਨੂੰ ਵੇਖ ਕੇ ਹਮੇਸ਼ਾ ਖੁਦ ਨੂੰ ਮਹਿਸੂਸ ਕੀਤਾ ਕਿ ਨਹੀਂ ਜੇ ਇਹ ਕਲਾਕਾਰ ਇੱਥੇ ਹੈ ਤਾਂ ਉਹਦੇ ਐਕਟਿੰਗ ਨੇ ਤੁਹਾਨੂੰ ਇੰਨਾ ਜ਼ਿਆਦਾ ਇਨਫਲੂਐਂਸ ਕੀਤਾ ਕਿ ਤੁਹਾਨੂੰ ਲੱਗਿਆ ਕਿ ਯਾਰ ਤੂੰ ਇਸ ਪਰਦੇ 'ਤੇ ਡਿਜ਼ਰਵ ਕਰਦਾ
ਅਤੇ ਨਾਮ ਦੇਖੀ ਉਹ ਤੋਂ ਬਾਅਦ ਸੰਜੇ ਦੱਤ ਦੇ ਫੋਲੋਅਰ ਐਂਟੋਨੀਓ ਐਂਡ ਸੰਜੇ ਦੱਤ ਇਹ ਦੋ ਬੰਦਿਆਂ ਤੋਂ ਮੈਂ ਹਮੇਸ਼ਾ ਪ੍ਰਭਾਵਿਤ ਰਿਹਾ ਬਾਕੀ ਜਦੋਂ ਗਰੋ ਕੀਤਾ ਐਕਟਿੰਗ ਦਾ ਪਤਾ ਲੱਗਿਆ ਥੀਏਟਰ ਦੇ ਵਿੱਚ ਗਏ ਤਾਂ ਉੱਥੋਂ ਪਤਾ ਲੱਗਿਆ ਫਿਰ ਨਸੀਰ ਸਾਹਿਬ ਜਿਹੜੇ ਥੀਏਟਰ ਦੇ ਐਕਟਰ ਨੇ ਐਕਟਿੰਗ ਕੀ ਹੁੰਦੀ ਹੈ ਐਕਟਿੰਗ ਕਿਸ ਚੀਜ਼ ਦਾ ਨਾਂ ਫਿਰ ਇਹ ਸਿੱਖਿਆ ਫਿਰ ਨਸੀਰ ਸਾਹਿਬ ਨੂੰ ਬਹੁਤ ਫੋਲੋ ਕੀਤਾ ਰਾਈਟ ਸੋ ਪੋਲੀਵੁੱਡ ਦੀ ਗੱਲ ਕਰਨਾ ਚਾਹਾਂਗੇ ਪੋਲੀਵੁੱਡ ਦੇ ਵਿੱਚ ਪਹਿਲੇ ਹੀਰੋ ਹੀਰੋਇਨਾਂ ਦੀ ਫਿਲਮਾਂ ਹੁੰਦੀਆਂ ਸੀ ਲੇਕਿਨ ਹੁਣ ਫਿਲਮ ਦੇ ਵਿੱਚ ਕਰੈਕਟਰ ਵੀ ਹੀਰੋ ਦਾ ਰੋਲ ਹੀ ਪਲੇ ਕਰਦੇ ਨੇ ਕਿਉਂਕਿ ਕਰੈਕਟਰਸ ਨੂੰ ਮਿਲਾ ਕੇ ਇੱਕ ਜਿਹੜੀ ਸਟੋਰੀ ਹੈ ਉਹ ਬਣਦੀ ਹੈ ਕਿਸ ਫਿਲਮ ਤੋਂ ਬਾਅਦ ਜਾਂ ਤੁਹਾਨੂੰ ਲੱਗਿਆ ਕਿ ਹੁਣ ਮੇਰੀ ਮਿਹਨਤ ਸਫਲ ਹੋਈ ਹੈ ਕਿਉਂਕਿ ਇੱਕ ਟਾਈਮ ਤੇ ਕਰੈਕਟਰਸ ਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਇਦਾਂ ਮੰਨਿਆ ਜਾਂਦਾ ਸੀਗਾ ਕਿ ਇਹ ਸਿਰਫ ਇੱਕ ਫਿਲਮ ਦਾ ਹਿੱਸਾ ਨੇ ਲੇਕਿਨ ਐਕਚੁਅਲ ਹੀਰੋ ਹੀਰੋਇਨ ਜਿਹੜੇ ਹੈਗੇ ਨੇ ਫਿਲਮ ਉਹਨਾਂ ਤੇ ਹੀ ਆਧਾਰਿਤ ਹੈ ਕਿਹੜੀ ਫਿਲਮ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਇਆ ਕਿ ਹਾਂ ਮੈਂ ਹੈਗਾ ਨਹੀਂ ਮੈਨੂੰ ਹਾਲ ਤੱਕ ਨਹੀਂ ਹੋਇਆ ਕਿਉਂਕਿ ਸਾਡੀ ਪੰਜਾਬੀ ਇੰਡਸਟਰੀ ਇੱਕ ਤਾਂ ਜੀ ਪੰਜਾਬ 'ਚ ਪੈਦਾ ਹੋਇਆ ਸਾਡੀ ਪੰਜਾਬੀ ਇੰਡਸਟਰੀ ਹਾਲੇ ਵੀ ਸਟਰਗਲ ਕਰ ਰਹੀ ਹੈ ਸਾਡੇ ਕੋਲ ਇੰਨਾ ਟੈਰੀਟਰੀ ਹੈ ਨਹੀਂ ਕਿ ਜਿੱਥੇ ਕਿ ਸਾਡੀਆਂ ਫਿਲਮਾਂ ਬਿਜ਼ਨਸ ਕਰ ਸਕਣ ਹੁਣ ਅਸੀਂ ਹੌਲੀ ਹੌਲੀ ਸਾਡਾ ਓਵਰਸੀਜ਼ ਸਾਡੇ ਕੋਲ ਟੈਰੀਟਰੀ ਬਣ ਰਹੀ ਹੈ ਹੁਣ ਕਾਫੀ ਵੱਡੀ ਚੌੜੀ ਲੰਬੀ ਚੌੜੀ ਟੈਰੀਟਰੀ ਹੋ ਰਹੀ ਹੈ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਆਈ ਵਿਲ ਗੈਟ ਸੈਟੀਸਫਾਈਡ ਕਿ ਹਾਂ ਮੈਂ ਵਧੀਆ ਕੰਮ ਕਰ ਰਿਹਾ ਕਿਉਂਕਿ ਆਉਣ ਵਾਲੀਆਂ ਫਿਲਮਾਂ ਮੇਰੀਆਂ ਬਹੁਤ ਅੱਛੀਆਂ ਨੇ ਬਹੁਤ ਕੰਟੈਂਟ ਬੇਸ ਨੇ ਔਰ ਬਹੁਤ ਅੱਛੇ ਅੱਛੇ ਰੋਲ ਨੇ ਬਟ ਹਾਂ ਜਿਹੜੇ ਪਿੱਛੇ ਕਰੇ ਵੀ ਨੇ ਜਿੰਨੇ ਕੁ ਵੀ ਕੀਤੇ ਨੇ ਮੇਰੀ ਫਿਲਮ ਨੇ ਵਰਕ ਕੀਤਾ ਹੋਵੇ ਚਾਹੇ ਨਾ ਕੀਤਾ ਹੋਵੇ ਬਟ ਲੋਕਾਂ ਨੇ ਮੇਰਾ ਕੰਮ ਬਹੁਤ ਐਪਰੀਸ਼ੀਏਟ ਕੀਤਾ ਹਮੇਸ਼ਾ ਮਤਲਬ ਲੋਕਾਂ ਨੂੰ ਮੇਰਾ ਕੰਮ ਹਮੇਸ਼ਾ ਪਸੰਦ ਆਇਆ ਅਤੇ ਇਸ ਕਰਕੇ ਮੈਨੂੰ ਮੇਰੇ ਸਾਰੇ ਕੈਰੈਕਟਰ ਜਿੰਨੇ ਵੀ ਮੈਂ ਕੀਤੇ ਸਾਰੇ ਵਧੀਆ ਪਸੰਦ ਹੀ ਨੇ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਵਧੀਆ ਕੰਮ ਕੀਤਾ ਉਹਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਲੋਕਾਂ ਦੀ ਨਾ ਇੱਕ ਛਵੀ ਧਾਰ ਲੈਂਦੇ ਆ ਸੋ ਉਹੀ ਗੱਲ ਇੰਡਸਟਰੀ ਦੀ ਹੈ ਇੱਕ ਕਿਰਦਾਰ ਤੁਸੀਂ ਨਿਭਾ ਲਿਆ ਫੋਰ ਐਗਜ਼ਾਮਪਲ ਨੈਗੇਟਿਵ ਕਿਰਦਾਰ ਸੋ ਬਾਰ ਬਾਰ ਹਰ ਇਨਸਾਨ ਉਹੀ ਔਫਰ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹੀ ਔਫਰ ਕਰਦਾ ਯਾ ਜੀ ਹੁਣ ਤਾਂ ਬੜੇ ਸਾਰੇ ਲੋਕਾਂ ਨੂੰ ਇਹ ਵੀ ਲੱਗਦਾ ਕਿ ਯਾਦ ਗਰੇਵਾਲ ਹੈ ਹੀ ਅਜਿਹਾ ਇਨਸਾਨ ਹੈ ਨਾ ਕਿਉਂਕਿ ਕਿਰਦਾਰ ਬਾਰ ਬਾਰ ਵੇਖਦੇ ਹਾਂ ਪਰ ਤੁਸੀਂ ਕਿੱਦਾਂ ਦੇ ਕਿਰਦਾਰ ਕਰਨਾ ਚਾਹੁੰਦੇ ਹੋ ਤੁਹਾਨੂੰ ਕਿੱਦਾਂ ਦੇ ਕਿਰਦਾਰ ਕਰਨ ਦੀ ਇੱਛਾ ਹੈ ਜਾਂ ਤੁਸੀਂ ਆਪਣੇ ਆਪ ਨੂੰ ਸਕਰੀਨ ਤੇ ਕਿਵੇਂ ਵੇਖਣਾ ਮੰਗਦੇ ਹੋ ਕਿਉਂਕਿ ਆਪੇ ਦੇਖਦੇ ਹਾਂ ਅਮਰੀਸ਼ ਪੁਰੀ ਸਾਹਿਬ ਨੇ ਰਣਜੀਤ ਜੀ ਹੋਏ ਨੇ ਪ੍ਰਾਣ ਜੀ ਹੋਏ ਨੇ ਸੋ ਉਹਨਾਂ ਦੇ ਉਹ ਇਨਸਾਨ ਬਹੁਤ ਅੱਛੇ ਨੇ ਲੇਕਿਨ ਅਜੇ ਤੱਕ ਵੀ ਉਹਨਾਂ ਨੂੰ ਵਿਲਨ ਹੀ ਮੰਨਿਆ ਜਾਂਦਾ ਸੋ ਵਿਲਨ ਦੀ ਛਵੀ ਤੋਂ ਹਟ ਕੇ ਜੇ ਤੁਸੀਂ ਕਰਨਾ ਚਾਹੋ ਤੁਸੀਂ ਕੀ ਕਰਨਾ ਚਾਹੁੰਦੇ ਨਹੀਂ ਪਤਾ ਕੀ ਹੈ ਏਰਾ ਬਹੁਤ ਮੈਟਰ ਕਰਦਾ ਜਿਹੜਾ ਉਹਨਾਂ ਦਾ ਏਰਾ ਸੀ ਨਾ ਉਦੋਂ ਸਿਨੇਮਾ ਜਿਹੜਾ ਸੀ ਉਦੋਂ ਗਰੋ ਕਰ ਰਿਹਾ ਸੀਗਾ ਉਦੋਂ ਉਹਨਾਂ ਕੋਲੇ ਉਹ ਉਦਾਂ ਦਾ ਹੀ ਸਿਨੇਮਾ ਚੱਲਦਾ ਜੀ ਹੁਣ ਜਿਹੜਾ ਟਾਈਮ ਆ ਗਿਆ ਨਾ ਹੁਣ ਲੋਕ ਹੈ ਜਿਹੜੇ ਬਹੁਤ ਐਜੂਕੇਟ ਕਰ ਗਏ ਨੇ ਸਿਨੇਮਾ ਪ੍ਰਤੀ ਲੋਕਾਂ ਨੂੰ ਪਤਾ ਹੈ ਕਿ ਇਹ ਇੱਕ ਐਂਟਰਟੇਨਮੈਂਟ ਮੀਡੀਅਮ ਹੈ ਇਹਦੇ ਵਿੱਚ ਇੱਕ ਪ੍ਰੋਫੈਸ਼ਨਲ ਮੀਡੀਅਮ ਵੀ ਹੈ ਇਹਦੇ 'ਚ ਕੌਣ ਕਿੰਨਾ ਵਧੀਆ ਐਕਟਿੰਗ ਕਰਦਾ ਇਹ ਮੈਟਰ ਕਰਦੀ ਹੈ ਹੁਣ ਹੀਰੋ ਵਿਲਨ ਜਾਂ ਉਹ ਚੀਜ਼ਾਂ ਨਹੀਂ ਰਹਿ ਗਈਆਂ ਹੁਣ ਲੋਕ ਦੇਖਦੇ ਕੌਣ ਕਿੰਨਾ ਵਧੀਆ ਪਰਫਾਰਮ ਕਰ ਰਿਹਾ ਕਿਹਦੀ ਪਰਫਾਰਮੈਂਸ ਕਿੰਨੀ ਵਧੀਆ ਠੀਕ ਹੈ ਹੁਣ ਅਵਾਰਡ ਫੰਕਸ਼ਨ ਚੱਲ ਪਏ ਨੇ ਉਹਦੇ ਤੁਹਾਨੂੰ ਅਵਾਰਡਸ ਮਿਲਦੇ ਨੇ ਠੀਕ ਹੈ ਉਹ ਹੁਣ ਲੋਕ ਵੀ ਉਸ ਹਿਸਾਬ ਨਾਲ ਤੁਹਾਨੂੰ ਬਿਹੇਵ ਕਰਨ ਲੱਗ ਗਏ ਨੇ ਹੁਣ ਕੰਟੈਂਟ ਆ ਜਿਹੜੀ ਸਕ੍ਰਿਪਟ ਆ ਉਹ ਹੀਰੋ ਹੁੰਦੀ ਆ ਅੱਜ ਦੀ ਡੇਟ ਦੇ ਵਿੱਚ ਅਗਰ ਤੁਹਾਡੀ ਸਕ੍ਰਿਪਟ ਹੈ ਤੁਹਾਡੀ ਹੀਰੋ ਆ ਤਾਂ ਫਿਲਮ ਵਰਕ ਕਰਦੀ ਹੈ ਅਗਰ ਤੁਹਾਡਾ ਹੀਰੋ ਹੀਰੋ ਆ ਤਾਂ ਫਿਲਮ ਅੱਜ ਕੱਲ੍ਹ ਵਰਕ ਹੀ ਨਹੀਂ ਕਰਦੀ ਕਿਤੇ ਕਰਦੀ ਹੈ ਵਰਕ ਨਹੀਂ ਕਰਦੀ ਨਾ ਇਸ ਕਰਕੇ ਤੁਸੀਂ ਬਾਲੀਵੁੱਡ ਚੱਲ ਜਾਓ ਹਾਲੀਵੁੱਡ ਚੱਲ ਜਾਓ ਉਹਦੇ ਵੀ ਤੁਸੀਂ ਦੇਖੋ ਉਹਦੇ ਸਟੋਰੀਆਂ ਜਿਹੜੀਆਂ ਨੇ ਜਿਹੜੇ ਪਹਿਲਾਂ ਹੀਰੋ ਕਰਦੇ ਹੁੰਦੇ ਸੀ ਅੱਜ ਉਹ ਖੁਦ ਨੈਗੇਟਿਵ ਗ੍ਰੇ ਸ਼ੇਡਸ ਕਰਨਾ ਪਸੰਦ ਕਰ ਰਹੇ ਨੇ ਕਿਉਂਕਿ ਕਰੈਕਟਰ ਬੇਸ ਹੋ ਗਿਆ ਸਭ ਕੁਝ ਠੀਕ ਹੈ ਕੰਟੈਂਟ ਬੇਸ ਹੋ ਗਿਆ ਸੋ ਅੱਜ ਦੀ ਡੇਟ ਦੇ ਵਿੱਚ ਹੀਰੋ ਕੰਟੈਂਟ ਹੈ ਜੀ ਸੋ ਤੁਸੀਂ ਕੰਟੈਂਟ ਦੀ ਗੱਲ ਕੀਤੀ ਤੁਸੀਂ ਆਊਟਸਪੋਕਨ ਹੋਣ ਦੀ ਗੱਲ ਕੀਤੀ ਤੁਸੀਂ ਐਕਸਪੈਰੀਮੈਂਟ ਦੀ ਗੱਲ ਕੀਤੀ ਵਨ ਆਫ ਮਤਲਬ ਸਾਡੇ ਸਾਰਿਆਂ ਦੇ ਫੇਵਰੇਟ ਹੈ ਨਾ ਜੋ ਅੱਜ ਫਿਜ਼ੀਕਲੀ ਅਪੀਅਰੈਂਸ ਤਾਂ ਨਹੀਂ ਰੱਖਦੇ ਮੈਂ ਗੱਲ ਕਰ ਰਹੀ ਹਾਂ ਦੀਪ ਸਿੱਧੂ ਜੀ ਦੀ ਸੋ ਉਹਨਾਂ ਦੀ ਫਿਲਮਾਂ ਦੇ ਵਿੱਚ ਵੀ ਤੁਹਾਡੇ ਕਿਰਦਾਰ ਬਹੁਤ ਜ਼ਿਆਦਾ ਅਪਰੀਸ਼ੀਏਟ ਜਿਹੜੇ ਕੀਤੇ ਗਏ ਨੇ ਹੈ ਨਾ ਸੋ ਅੱਜ ਉਹਨਾਂ ਦੀ ਕਮੀ ਕਹਿ ਲਈਏ ਜਾਂ ਉਹਨਾਂ ਦਾ ਜਾਣਾ ਕਹਿ ਲਈਏ ਯਾਦ ਜੀ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਪ੍ਰਭਾਵ ਪਾਉਂਦਾ ਹੈ ਨਹੀਂ ਬਹੁਤ ਪ੍ਰਭਾਵ ਪਾਉਂਦਾ ਕਿਉਂਕਿ ਦੀਪ ਵਾਜ਼ ਅ ਵੈਰੀ ਕਲੋਜ਼ ਫਰੈਂਡ ਟੂ ਮੀ ਹੈ ਨਾ ਦੀਪ ਨਾਲ ਬਹੁਤ ਗੱਲਾਂ ਬਾਤਾਂ ਸੀ ਈਵਨ ਕਿ ਸਾਡਾ ਹੁਣ ਸਾਡੀ ਫਿਲਮ ਸੀ ਜੋਰਾ ਪਾਰਟ 1-2 ਆਈ ਸੀ ਸਾਡੇ ਉਹਦੇ ਵਿੱਚ ਦੋਨਾਂ ਦਾ ਜਿਹੜਾ ਕੈਮਿਸਟਰੀ ਸੀ ਉਹ ਬਹੁਤ ਐਪਰੀਸ਼ੀਏਟ ਕੀਤੀ ਜਾ ਰਹੀ ਸੀ ਹੁਣ ਅਸੀਂ ਤੀਸਰਾ ਪਾਰਟ ਸ਼ੁਰੂ ਕਰਨ ਲੱਗੇ ਸੀਗੇ ਜਿਹੜਾ ਰੀਲੋਡਡ ਥਰਡ ਪਾਰਟ ਸੀਗਾ ਉਹ ਅਸੀਂ ਸ਼ੁਰੂ ਕਰਨੀ ਸੀ ਹੁਣ ਅਤੇ ਅਸੀਂ ਹੁਣ ਕਾਫੀ ਐਪਰੀਸ਼ੀਏਸ਼ਨ ਮਿਲ ਰਹੀ ਸੀ ਸਾਨੂੰ ਤਾਂ ਮੇਨ ਟਾਈਮ ਦਿਸ ਮਿਸ ਹੈਪਨਿੰਗ ਹੋ ਗਈ ਬਹੁਤ ਵੱਡਾ ਧੱਕਾ ਲੱਗਿਆ ਅਤੇ ਚਲੋ ਇਟਸ ਅ ਬਿਗ ਲੋਸ ਅਤੇ ਕੁਛ ਦਿਨ ਤੱਕ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਹੋਇਆ ਕੀ ਹੈ ਸਾਡੇ ਨਾਲ ਅਤੇ ਹੌਲੀ 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 ਫਿਰ ਇਟਸ ਲਾਈਫ ਯੂ ਹੈਵ ਟੂ ਅਕਸੈਪਟ ਇਟ ਕੀ ਕਰ ਸਕਦੇ ਹਾਂ ਮੈਂ ਦੇਖ ਰਿਹਾ ਕਿ ਤੁਹਾਡਾ ਤੁਸੀਂ ਨਾ ਮੈਂਟਲੀ ਬਹੁਤ ਸਟਰੋਂਗ ਹੋ ਜਦ ਤੱਕ ਤੁਸੀਂ ਡੈਡ ਦੀ ਗੱਲ ਵੀ ਬੜੇ ਸਮੂਥਲੀ ਕੀਤੀ ਕਿ ਜਾਂਦੇ ਜਾਂਦੇ ਕਹਿ ਗਏ ਵੀ ਬਾਲੀਵੁੱਡ ਜਾਵਾਂਗੇ ਤਾਂ ਜ਼ਰੂਰ ਕੰਮ ਕਰਾਂਗੇ ਇਹੋ ਜਿਹੀ ਕੋਈ ਗੱਲ ਜਿਹੜੀ ਹਜੇ ਤੱਕ ਸ਼ਾਇਦ ਦਿਲੋਂ ਕੱਢ ਨਹੀਂ ਪਾਇਓ ਪਰ ਜੇ ਦੀਪ ਦੇ ਫੈਨ ਸੁਣਨਾ ਚਾਹੁੰਦੇ ਦੀਪ ਦੀ ਕੋਈ ਗੱਲ ਜਿਹੜੀ ਉਹ ਤੁਹਾਨੂੰ ਕਹਿ ਕੇ ਗਏ ਹੋਣ ਜਾਂ ਉਹਨਾਂ ਦੀ ਕਿਹੜੀ ਗੱਲ ਹਮੇਸ਼ਾ ਪੂਰੀ ਜ਼ਿੰਦਗੀ ਤੁਹਾਡੇ ਜ਼ਿਹਨ ਦੇ ਵਿੱਚ ਰਹਿਣ ਵਾਲੀ ਹੈ ਦੀਪ ਦੀਆਂ ਤਾਂ ਬਹੁਤ ਗੱਲਾਂ ਨੇ ਦੀਪ ਖੁਦ ਇੱਕ ਇੰਸਟੀਟਿਊਸ਼ਨ ਸੀਗਾ ਦੀਪ ਨੂੰ ਤਾਂ ਦੀਪ ਤਾਂ ਪੂਰੇ ਪੰਜਾਬ ਨੂੰ ਮਤਲਬ ਕਿ ਜਾਗਰੂਕ ਕਰਕੇ ਗਿਆ ਅਤੇ ਮੇਰਾ ਤਾਂ ਖੈਰ ਬਹੁਤ ਕਲੋਜ਼ ਸੀਗਾ ਮੇਰੇ ਕੋਲ ਤਾਂ ਬਹੁਤ ਗੱਲਾਂ ਨੇ ਦੀਪ ਦੀਆਂ ਜੇ ਮੈਂ ਦੱਸਣ ਲੱਗ ਜਾਂ
जे तुहाडी तां दीप दी यारी नूं कुछ शब्दां दे विच बयान करना होवे ते दीप की कहिंदे सी, भरा कहिंदे सी, की कह के सद्दे सी, या फिर कह लईए कि जे फिल्मां दी वी गल करिए है ना, ते किहड़ी इक चीज़ जिहड़ी है याद जी उहनूं तुहानूं लगदा है कि इह दीप करके है? दीप करके तो बहुत कुछ है। दीप करके तो मतलब अज दीप मैं तुम्हें पहले ही दस देना, दीप ना वर्ड्स के एक्सप्लेन नहीं कर सकते। दीप बहुत वड्डी चीज़ सी, बहुत मतलब जिड्डा सैक्रीफाइस पंजाब वास्ते दीप करके आया कोई सोच भी नहीं सकता। तो जे तुसी मेरी पर्सनली गल करो तो मेरे नाल तो बहुत गल्लां ने दीप दियां जिहड़ियां कि असी आपस कन्वर्सेट करते भी सीगे, अगर नहीं भी मिलते तो फोन पर गल हुंदी सीगी, तो बहुत गल्लां ने, बहुत गल्लां ने ते जिहड़ियां कि हुण नहीं चाहता कोई डिस्कलोज करना, कोई मतलब सिर्फ यादा बन के जिंदगी तुरन गया जी। गोली नूं लैके इन द एंड की कहना चाहोगे, क्योंकि यहोजे जिहड़े कॉन्सैप्ट ने आर्टिस्ट अपने वालों कुछ वधिया लैके आउंदा लेकिन फिर भी देखन सुनन वालियां नूं लगदा है कि कितें ना कितें गुमराह करन दी कोशिश की जा रही है, या इदां दे जिहड़े कॉन्सैप्ट ने वो अजकल दे यूथ नूं भड़काउंदे ने, बट आई एम श्योर कि जदों कोई टीम वर्क करदी है तो भड़काउण लई नहीं बल्कि किसी राहे पाउण लई करदी है। जी हाँ बिल्कुल, ये भी यही असी मैसेज देने की कोशिश की है, बट ए कि कई बार की होंगे पब्लिक मतलब इस चीज़ को गलत लै जाती है, क्योंकि जो सारे यंगस्टर्स ने वो जो आप एक नैगेटिव शेड न ग्लैमराइज कर देने तो वह तो कैरिड अवे हो जाते हैं, बट फाइनली की है कि वह जो लास्ट मैसेज है वह असी मैसेज तो आप एंड ही दे सकते ना, बट पता नहीं क्यों कितने ना कितने साढ़े जी कमी होनी है, तो भी आप जो मैसेज है उन्हें इंपैक्ट नहीं छड़ पाता मैसेज। फाइनली साडा मैसेज यही होंगे कि जो भी अजकल चल रहा है गैंगस्टर्स ये वो ये कोई वधिया गल नहीं हैगी, तो ये भी असं यही गल की है कि थोड़ा एक गलत डिसीजन थोड़ा बहुत ही मतलब माड़े वो दे विच ले जा सकता है, हालातों के ले जा सकता है, इस करके बहुत सोच समझ के डिसीजन लो। जिहड़ा गन कल्चर चल रहा इहनू तुसीं एंटरटेनमेंट ही लो, ये कोई हकीकत नहीं है, ये एक एंटरटेनमेंट है, इहनू तुसीं सुनो छड़ दो ते आपदा कैरियर बनाओ, अफसर बनो, डॉक्टर बनो, इंजीनियर बनो, मतलब यही मैं कहूँगा, तो इहनू तुसीं एंटरटेनमेंट ही लो बस, दैट्स इट। कलाकार का काम मनोरंजन करना है तो मनोरंजन तौर पर चीज़ों लेना चाहिए। सो तुहानू बहुत सारिया दुआवां ने, एंड आई एम श्योर कि जिहड़िया इच्छावां तुहाडा किरदार करन दीआं हैगीआं ने, असीं बहुत जल्द सिल्वर स्क्रीन ते तुहानू उहनां किरदारां च देखिए, तो तुहाडी लाइफ दे लई बहुत बेस्ट विशेस, थैंक यू सो मच। थैंक यू सो मच जी। साढ़े नाल सी याद गरेवाल, जिन्ह ने बहुत कुछ याद रखने वाली गल्लां जिहड़ियां ने कीतियां ने, चाहे परसनल लाइफ दियां होन चाहे प्रोफेशनल लाइफ दियां होन। सो वधिया लग्गिया, तुहानू किहो जिहा लग्गिया तुसीं जरूर दस्सिओ, बाकी अपडेट दे लई देखदे रहो सिने पंजाबी। फिलहाल दे लई दिओ इजाजत, सत श्री अकाल।